ਸਨਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਪੰਜਾਬ ਵੱਲੋਂ ਜਿਹੜੀਆਂ ਮਾੜੇ ਅਨਸਰ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਆ ਉਹਦੇ ਵਿੱਚ ਅੱਜ ਜਗਰਾਓਂ ਪੁਲਿਸ ਨੂੰ ਚੰਗੀ ਪ੍ਰਾਪਤੀ ਹੋਈ ਆ ਜਿਹਦੇ ਵਿੱਚ ਇੱਕ ਮੁਖਬਰੀ 'ਤੇ ਪਰਚਾ ਦਰਜ ਹੋਇਆ 194 ਨੰਬਰ 399-402-2500 ਦਾ ਸਦਰ ਜਗਰਾਓਂ ਦੇ ਵਿੱਚ ਮੁਖਬਰ ਨੇ ਆ ਕੇ ਇਤਲਾਹ ਦਿੱਤੀ ਸੀ ਵੀ ਕੋਈ ਗੈਂਗ ਜਿਹੜਾ ਗਾਲਬ ਤੋਂ ਬਾਰ ਬਾਰ ਇੱਕ ਪੁਰਾਣੀ ਹੈਗੀ ਫੈਕਟਰੀ ਹੈਗੀ ਉਹਦੇ ਵਿੱਚ ਲੁੱਟਾ ਖੋਹਾਂ ਦਾ ਜਿਹੜਾ ਪਲੈਨ ਬਣਾ ਰਿਹਾ ਸੀ ਜਿਸ 'ਤੇ ਸਦਰ ਜਗਰਾਓਂ ਅਮਰਜੀਤ ਸਿੰਘ ਉਹਨਾਂ ਦੀ ਟੀਮ ਨੇ ਰੇਡ ਕੀਤੀ। 5 ਬੰਦੇ ਜਦੋਂ ਕਾਬੂ ਕੀਤੇ ਉਹਨਾਂ ਕੋਲੋਂ 1 ਪਿਸਤੌਲ, 12 ਬੋਰ, 2 ਜਿੰਦਾ ਰੌਂਦ, ਇੱਕ ਦੋ ਮੋਟਰਸਾਈਕਲ, ਕਾਪੇ, ਗੰਡਾਸਾ ਜੀ। ਇਹਨਾਂ ਤੋਂ ਇੱਕ ਜਿਹੜਾ ਮੋਟਰਸਾਈਕਲ ਆ ਜਿਹੜਾ ਆਲਰੇਡੀ ਸਿਟੀ ਥਾਣੇ ਸਾਡੇ ਚੋਰੀ ਹੋਇਆ ਸੀਗਾ, ਇੱਕ ਮੋਟਰਸਾਈਕਲ ਤਾਂ ਉਹ ਹੋਏਗਾ। ਇਹਨਾਂ ਦਾ ਜਿਹੜਾ ਦੇਸੀ ਕੱਟਾ ਬਰਾਮਦ ਹੋਇਆ ਜੀ, ਇਹ ਕਿੱਥੋਂ ਲੈ ਕੇ ਆਇਆ ਸੀਗਾ ਬੰਦਾ, ਉਹ ਤੁਸੀਂ ਅਰੈਸਟ ਕੀਤਾ ਕੋਈ? ਜਿਹੜਾ ਦੇਸੀ ਕੱਟਾ ਮਿਲਿਆ ਵਾ ਉਹਦੇ ਲਈ ਜੀ ਸਾਡੀ ਪੁੱਛਗਿੱਛ ਚੱਲ ਰਹੀ, ਰਿਮਾਂਡ ਲੈ ਕੇ ਫਿਰ ਅੱਗੇ ਜਿੱਥੋਂ ਲੈ ਕੇ ਆਏ ਆ। ਠੀਕ ਹੈ ਜੀ, ਤੁਸੀਂ ਸਰ ਕਹਿ ਰਹੇ ਸੀ ਨਾ ਪਹਿਲਾਂ ਸਰ ਇਹਨਾਂ ਦਾ ਪੁਰਾਣਾ ਰਿਕਾਰਡ ਕਿਹੋ ਜਿਹਾ, ਪਹਿਲਾਂ ਵੀ ਕੋਈ ਮਾਮਲੇ ਦਰਜ ਨੇ? ਇਹਨਾਂ ਦਾ ਜਿਹੜਾ ਮੁੱਢਲੀ ਪੁੱਛਗਿੱਛ ਦੇ ਵਿੱਚ ਅਜੇ ਤੱਕ ਤਾਂ ਕੋਈ ਮੁਕੱਦਮਾ ਜਿਹੜਾ ਦਰਜ ਨਹੀਂ ਹੋਇਆ ਇਹਨਾਂ ਦੇ ਖਿਲਾਫ਼, ਬਾਕੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹ ਹੈਗੇ ਆ ਜੀ ਜਗਦੀਪ ਸਿੰਘ ਮੋਗੇ ਦਾ ਜੀ, ਗੁਰਸੇਵਕ ਸਿੰਘ ਇਹ ਵੀ ਮੋਗੇ ਦਾ, 4-5 ਮੋਗੇ ਦੇ।